अगर उत्थे कोई होर ज़्यादा खतरनाक घटना हो जाती तां भी तां गल मेरे ते आउणी सी कि तू हाज़र हुंदे होए बड टुक करवाती जां होर करवा दिता, पर जेकर मैं उच्ची बोल पिया तां भी ये वीडियो वायरल होकर सारी गल मेरे ते ही आ गई। वीडियो लगातार बनी आ तो जो वो लेडीज़ मैनू उच्चा नीवा बोली जां मैं धक्का दिता वर्दी हथ पाया वो चीज़ तो वीडियो वायरल ही नहीं हुई। पर अज का जो मीडिया चलिया मोबाइल सेंटर ये मतलब जे आप सवैकी भी किसी को गल कर जाने ता भी वह मोबाइल से ऑन करके पा देंगे। बीते दिन सोशल मीडिया से एक पुलिस मुलाजम वालों औरतों गाला कढ़न की वीडियो वायरल हो रही थी जो कि चैनल पंजाब वालों भी नशर की गई सी। हुण इस मामले की सारी सच्चाई सामने आई है कि दो परिवारों जमीनी विवाद को लेकर झगड़ा चल रहा है। वीडियो वायरल करने वाली महिला जसविंदर कौर ने दस्सिया कि उसका पति दूसरा विआह करवा के उन्हां तों अलग रहिंदा सी ते उह जिस घर विच रहिंदी है उसका केस पति ते उसके दो भैणां दे नाल अदालत विच चल रहा है। ते बीती रात उसके ननान ते उसका बेटा उन्हां दीआं कंधां दी भन तोड़ करन लग पए ते नाल ही मौके ते आए दो पुलिस मुलाजमां वल्लों इक ने उन्हां नूं गालां कढ़ियां। फिर अपना कोर्ट च केस चलदा जी, परसों अपनी 23 तरीक आ जी, 23 तरीक करन दे सर जी इहनां दे 23 तरीक ते तरीकां किसे दे पहुंचदे जी। ਸਾਡਾ ਸੀਲਾ ਖਰਚਾ ਬਣਾਇਆ ਉਹ 'ਚ ਵੀ ਕ੍ਰਿਸ਼ ਪ੍ਰਿੰਟ ਕੱਢੇ ਪਈ ਉਹਦੇ ਘਰ ਆਉਣਾ ਚੱਲਦਾ ਜੀ। ਹੋਰ ਕੌਣ ਉਹਦੇ ਵਿੱਚ ਨਾਲ ਪਾ ਦਿੰਦਾ? ਉਹਦੇ ਭੈਣਾਂ ਜੀ ਦੱਸੀ, ਦਸਾਂ ਭੈਣਾਂ ਵਿੱਚ ਦੋ ਭੈਣਾਂ ਜੀ। ਅੱਛਾ, ਦੋ ਕਬਜ਼ਾ ਕਰਨ ਚਾਹੁੰਦੇ ਜੀ? ਹਾਂਜੀ, ਉਹ ਕਬਜ਼ਾ ਕਰਨ ਚਾਹੁੰਦੇ ਜੀ। ਕਈ ਜਿਹੜੇ ਕਬਜ਼ਾ ਕਰਨ ਦੋ ਆਉਂਦੀਆਂ ਭੈਣਾਂ ਜੀ ਉਹਨਾਂ ਦੇ ਸਾਡਾ ਕੇਸ ਚੱਲਦਾ ਜੀ। ਮੁਲਾਜ਼ਮ ਸਰ ਜੀ ਅਸੀਂ ਉਹ ਆ ਕੇ ਧੱਕਾ ਕਰਨ ਲੱਗ ਗਏ ਜੀ। ਮੇਰੀ ਕੁੜੀ ਕੁੜੀ ਘਰੇ ਮਤਲਬ ਕਿਸੇ ਘਰੇ ਕੰਮ ਕਰਦੀ ਸੀਗੀ, ਇਹਨੇ ਪਹਿਲਾਂ ਕੰਧਾਂ ਟੱਪੀਆਂ ਜੀ, ਕੰਧਾਂ ਟੱਪ ਕੁੜੀ ਹੱਬਾ ਦੱਬਾ ਕਰੀ ਜੀ। ਹੱਬਾ ਦੱਬਾ ਕਰਨ ਤੋਂ ਬਾਅਦ ਜੀ ਇਹਨੇ ਮੈਨੂੰ ਫੋਨ ਕਰਿਆ, ਮੈਂ ਸਟੋਰ ਸੀਗੀ, ਕਹਿੰਦੀ ਵੀ ਕਹਿੰਦੀ ਮੰਮੀ ਇਸ ਤਰ੍ਹਾਂ ਕਰ ਮੈਂ ਜਾਣੂ ਆਈ ਇਹਨੇ ਮੈਨੂੰ ਉੱਠ ਲਿਆ ਨਾਲ ਉਹ ਪਾਰਟੀ ਸੀਗੀ ਸਾਰੀ ਚੱਲਣ ਪੁਲਿਸ ਵਾਲੇ ਗਏ, ਪੁਲਿਸ ਵਾਲੇ ਆ ਕੇ ਉਹਨੇ ਗੇਟ ਖੋਲ੍ਹੇ ਕੇ ਅੰਦਰ ਵੜ ਗਏ, ਖੋਲ੍ਹ ਕੇ ਨਹੀਂ ਸੀਗਾ। ਅਤੇ ਜਦੋਂ ਉਹਨਾਂ ਨੂੰ ਕਿਹਾ ਵੀ ਐਂ ਕਰਕੇ ਐਂ ਗੱਲਬਾਤ ਆ ਤੁਸੀਂ ਉੱਚੀ ਉੱਚੀ ਜਦੋਂ ਸੋਰੀ ਸਾਡਾ ਸਮਾਨ ਢਾਈ ਹਨ, ਕੁੜੀ ਢਾਈ ਇਸ ਤਰ੍ਹਾਂ ਉੱਚੀ ਜੀ ਬੋਲਣਾ ਜੀ, ਉੱਚੀ ਢਾਉਣ ਦੇ ਕਾਰਨ ਸਾਨੂੰ ਗਾਲਾਂ ਕੱਢਣ ਲੱਗ ਗਈ। ਅਤੇ ਉਹ ਸਾਡੀ ਪਾਰਟੀ ਕਹਿੰਦੀ ਤੁਸੀਂ ਕਿੱਥੇ ਮਰਜ਼ੀ ਹੋ ਕਹਿੰਦੇ ਸਾਰੇ ਕਹਿੰਦੇ ਸਾਡੇ ਨੇ ਕਿ ਸਾਡੇ ਕੋਲ ਤਾਂ ਪਾਸਾ ਬਥੇਰਾ ਕਹਿੰਦੇ ਉਹ ਪੁਲਿਸ ਵਾਲੇ ਨੇ ਜੀ। ਉਹ ਪਾਰਟੀ ਵਿੱਚ ਦੋ ਜਣੇ ਸੀ ਜੀ, ਇੱਕ ਨਹੀਂ ਕੱਢੀ ਲੰਬੀ ਜਣੇ ਜਿਹੜਾ ਜਿਹੜਾ ਉਹਦੇ ਵਿੱਚ ਆ ਮੈਨੂੰ ਲੈ ਗਏ ਸਰ ਜੀ, ਸਾਨੂੰ ਦੋਨਾਂ ਮਾਵਾਂ ਚਲੋ ਸਾਨੂੰ ਦੋਨਾਂ ਨੂੰ ਲਿਜਾ ਰਹੇ ਉਹ ਪਾਰਟੀ ਤੁਸੀਂ ਵੀ ਚਲੋ ਕਹਿੰਦੇ ਹਾਂਜੀ ਘਰ ਜਿੰਦਾ ਰਹੋ ਕਹਿੰਦੇ। ਅਤੇ ਉਹ ਮੁੰਡੇ ਨੂੰ ਛੱਡਤਾ ਜੀ, ਮੁੰਡੇ ਛੱਡਣ ਕਰਕੇ ਸਾਰੀ ਸਾਨੂੰ ਦੋਨਾਂ ਮਾਵਾਂ 'ਤੇ ਫਿਰ ਅਸੀਂ ਠਾਣੇ 'ਚ ਬਹਿ ਗਏ, ਉਹ ਫਿਰ ਕਬਜ਼ਾ ਕਰਨ ਲੱਗ ਗਏ ਜਾ ਕੇ ਸਾਰੇ ਬਸਤੀਆਂ ਦੇਖੀ ਹੈ ਜੀ। ਅਸੀਂ ਫਿਰ ਸਪੀਰ ਜਾਵੜੇ ਜੀ, ਫਿਰ ਉਹਦੇ ਨੂੰ ਫਿਰ ਸਮਾਨ ਚੱਕਣ ਲੱਗ ਗਏ, ਸਾਡੇ ਸਾਰਿਆਂ ਨੂੰ ਸਾਹ ਮਿਲਣਾ ਚਾਹੀਦਾ ਜੀ। ਉੱਥੇ ਦੂਸਰੇ ਪੱਖ ਦੇ ਆਤਮਾ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਮਾਮੇ ਨੂੰ ਪੈਸੇ ਉਧਾਰ ਦਿੱਤੇ ਸੀ, ਜਿਸ ਦੇ ਬਾਅਦ ਉਹਨਾਂ ਦੇ ਮਾਮਾ ਨੇ ਕਿਹਾ ਕਿ ਉਸ ਕੋਲ ਦੇਣ ਲਈ ਪੈਸੇ ਨਹੀਂ ਅਤੇ ਉਸਦੇ ਮਾਮੇ ਨੇ ਆਪਣੇ ਮਕਾਨ 'ਚੋਂ 8-20 ਵੇ ਜਗ੍ਹਾ ਉਹਨਾਂ ਨੂੰ ਵੇਚ ਦਿੱਤੀ ਸੀ। ਅਤੇ ਜਦੋਂ ਉਹ ਅਤੇ ਉਸਦੀ ਮਾਂ ਪਲਾਟ ਦੇਖਣ ਲਈ ਗਏ ਤਾਂ ਉਸਦੀ ਮਾਮੀ ਜਸਵਿੰਦਰ ਕੌਰ ਅਤੇ ਉਸਦੀ ਬੇਟੀ ਨੇ ਉਸਦੀ ਮਾਂ ਦਾ ਚੁੰਨੀ ਨਾਲ ਗਲਾ ਘੋਟਿਆ ਅਤੇ ਪੁਲਿਸ ਨਾਲ ਗਾਲੀ ਗਲੋਚ ਕੀਤੀ। ਸਰ ਉਹ ਇੱਦਾਂ ਹੀ ਮੇਰੇ ਮਾਮਾ ਜੀ ਨਾਲ ਪੈਸਿਆਂ ਦਾ ਲੈਣ ਦੇਣ ਸੀ, ਉਹਨਾਂ ਨੇ ਸਾਨੂੰ 8-20 ਵੇ ਜਗ੍ਹਾ ਵੀ ਪੈਸੇ ਕਹਿੰਦੇ ਅਸੀਂ ਦੇ ਨਹੀਂ ਸਕਦੇ, 8-20 ਵੇ ਉਹਨੇ ਮੇਰੇ ਨਾਮ 'ਤੇ ਜਗ੍ਹਾ ਕਰਵਾਤੀ ਸੀਗੀ। ਅਸੀਂ ਉਹ ਜਗ੍ਹਾ ਦੇ ਸਿਲਸਿਲੇ 'ਚ ਹੀ ਉੱਥੇ ਗੱਲ ਕਰਨ ਗਏ ਤਾਂ ਉੱਥੇ ਮੇਰੀ ਮਾਮੀ ਪਹਿਲਾਂ ਤੋਂ ਹੀ ਬਸ ਇਸ ਲੜਾਈ ਦੇ ਲੜਾਈ ਝਗੜਾ ਕਰਨ ਦੇ ਮਾਰੀ ਵੀ ਬੈਠੀ ਸੀ। ਜਦੋਂ ਅਸੀਂ ਜਾ ਗੱਲਬਾਤ ਕੀਤੀ ਤਾਂ ਸਾਡੇ ਨਾਲ ਗਾਲੀ ਗਲੋਚ ਕਰਨ ਲੱਗ ਗਈ। ਜਦੋਂ ਮੰਮੀ ਮੂਹਰੇ ਹੋ ਕੇ ਗੱਲ ਕਰਨ ਲੱਗੇ ਮੁੰਡੇ ਨੂੰ ਹੱਥ ਲੈਣ ਲਈ ਤਾਂ ਮੰਮੀ ਦੇ ਗਲ ਦੇ ਵਿੱਚ ਉਹਨਾਂ ਨੇ ਚੁੰਨੀ ਪਾ ਕੇ ਗਲ ਘੁੱਟਤਾ ਅਤੇ ਸੱਟਾਂ ਵੀ ਮਾਰੀਆਂ, ਬੱਖੀ ਬੁੱਖੀ ਦੇ ਵਿੱਚ ਵੀ ਕਾਫੀ ਮਾਰੀਆਂ ਉਹਨਾਂ ਨੇ ਸੱਟਾਂ। ਅਤੇ ਉਸ ਤੋਂ ਬਾਅਦ ਜਦੋਂ ਅਸੀਂ TCRL ਪੁਲਿਸ ਨੂੰ ਫੋਨ ਕੀਤਾ, ਪੁਲਿਸ ਮੌਕੇ 'ਤੇ ਪਹੁੰਚੀ ਤਾਂ ਪੁਲਿਸ ਦੇ ਨਾਲ ਵੀ ਉਹਨਾਂ ਨੇ ਪਹਿਲਾਂ ਗਾਲੀ ਗਲੋਚ ਕੀਤੀ ਅਤੇ ਜਦੋਂ ਪੁਲਿਸ ਨੇ ਉੱਚੀ ਆਵਾਜ਼ ਦੇ ਵਿੱਚ ਚੁੱਪ ਕਰਾਇਆ ਤਾਂ ਉਹਨਾਂ ਨੇ ਪਤਾ ਨਹੀਂ ਕਿਸ ਤਰੀਕੇ ਨਾਲ ਇੱਕ ਵੀਡੀਓ ਆਪਦੀ ਕੱਟ ਕੇ ਜਿੰਨੀ ਕਿ ਪੁਲਿਸ ਬੋਲ ਰਹੀ ਆ ਉਹ ਵੀਡੀਓ ਉਹਨਾਂ ਨੇ ਵਾਇਰਲ ਕਰਤੀ। ਹਾਂਜੀ, ਮੈਂ ਅਤੇ ਮੇਰੀ ਮੰਮੀ ਨਾਲ ਸੀਗੇ ਜੀ ਉੱਥੇ, ਉਹਦੀ ਮੇਰੀ ਮਾਮੀ ਜੀ ਅਤੇ ਉਹਦੀ ਗੁੜੀਆ ਸੀ ਜੀ ਉਹਨਾਂ ਵਾਸਤੇ। ਉਹਨਾਂ ਦੇ ਮੁੰਡਾ ਸੀਗਾ ਜੀ ਇੱਕ, ਜਿਹੜਾ ਪਿੱਛੇ ਸਿਰਫ ਉਹਨਾਂ ਨੇ ਵੀਡੀਓ ਸ਼ੂਟ ਕਰਨ ਵਾਸਤੇ ਹੀ ਕਢਾਇਆ ਸੀਗਾ ਵੀ ਉਹ ਉੰਨੀ ਕੁ ਵੀਡੀਓ ਸ਼ੂਟ ਕਰੇ ਵੀ ਕੋਈ ਪੁਲਿਸ ਮੁਲਾਜ਼ਮਾਂ ਦੇ ਜਾਂ ਦਬਾਅ ਪਾਉਣ ਦੇ ਲਾ ਲਓ ਵੀ ਉਹਨਾਂ ਨੂੰ ਡਰਾਉਣ ਦੇ ਲਈ ਵੀ ਅੱਗੋਂ ਤੋਂ ਪੁਲਿਸ ਉਹਨਾਂ ਦੇ ਨਾਲ ਹੱਥ ਨਾ ਪਾਈ, ਕੁਛ ਕਾਰਵਾਈ ਨਾ ਕਰੇ ਉਹਨਾਂ 'ਤੇ ਜੀ। ਉਹ ਲੁਧਿਆਣੇ ਰਹਿੰਦੇ ਜੀ, ਪਹਿਲਾਂ ਤਾਂ ਅਸੀਂ ਮੈਂ ਹੀ ਛੜਾਇਆ ਜੀ ਮੰਮੀ ਨੂੰ ਜਾ ਕੇ ਜਦੋਂ ਉਹਨਾਂ ਨੇ ਗੱਲ ਘੁੱਟੀ ਬੈਠੀ। ਉਦੋਂ ਬਾਅਦ TCRS ਵਾਲਿਆਂ ਨੂੰ ਹੁਣ ਫੋਨ ਕੀਤਾ ਤਾਂ ਪੁਲਿਸ ਦੇ ਨਾਲ ਵੀ ਉਹਨਾਂ ਨੇ ਹੱਥੋਂ ਪਾਈ ਕੀਤੀ ਜੀ, ਉਹਨਾਂ ਦੀ ਵਰਦੀ ਨੂੰ ਹੱਥ ਪਾਇਆ। ਫਿਰ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉੱਚੀ ਆਵਾਜ਼ 'ਚ ਬੋਲੇ
ਤਾਂ ਫਿਰ ਉਹਨਾਂ ਨੇ ਉੱਨੀ ਕੁ ਵੀਡੀਓ ਬਣਾ ਕੇ ਉਹਨਾਂ ਦਾ ਕਲਿੱਪ ਵਾਇਰਲ ਕਰਤਾ ਜੀ। ਨਹੀਂ ਪਹਿਲਾਂ ਉਹਨਾਂ ਨੇ ਵੀ ਗਾਲਾਂ ਕੱਢੀਆਂ ਜੀ ਪੁਲਿਸ ਨੂੰ ਧੱਕਾ ਵੀ ਮਾਰਿਆ ਜੀ ਉਹਨਾਂ ਨੇ। ਪਹਿਲਾਂ ਤਾਂ ਮੁਲਾਜ਼ਮ ਵਧੀਆ ਪਿਆਰ ਨਾਲ ਗੱਲ ਕਰ ਰਹੇ ਸੀ ਜੀ ਉਹਨਾਂ ਨਾਲ, ਪਰ ਉਹਨਾਂ ਨੇ ਜਦੋਂ ਸੁਣੀ ਨਹੀਂ ਰਹੇ ਸੀ ਗੱਲ, ਫਿਰ ਉਹ ਥੋੜ੍ਹੀ ਜਿਹੀ ਉੱਚੀ ਆਵਾਜ਼ 'ਚ ਬੋਲੇ ਜੀ ਉਦੋਂ। ਹਾਂਜੀ, ਉਹਨਾਂ ਨੇ ਪੁਲਿਸ ਮੁਲਾਜ਼ਮ ਤਾਂ ਹੀ ਉਹਨਾਂ ਨੇ ਬੋਲਿਆ ਜੀ ਫਿਰ ਉੱਚੀ ਆਵਾਜ਼ ਦੇ ਵਿੱਚ ਜਦੋਂ ਉਹਨਾਂ ਦੀ ਵਰਦੀ ਨੂੰ ਹੱਥ ਪਾਇਆ ਜੀ ਉਹਨਾਂ। 8:30 ਵਜੇ ਜੀ ਉੱਥੇ ਸਾਰੇ ਤਾਂ 20 ਵਜੇ ਨੇ ਜੀ, ਉਹਨਾਂ ਦੇ ਵਿੱਚੋਂ 8 ਵਜੇ ਸਾਡੇ ਨੇ। ਸਾਡੇ ਪਹਿਲਾਂ ਉੱਥੇ ਕਿਰਾਏਦਾਰ ਰਹਿੰਦੇ ਸੀ, ਉਹਨਾਂ ਨਾਲ ਉਹਨਾਂ ਨੇ ਕੁੱਟਮਾਰ ਕਰਕੇ ਭਜਾਤੇ ਸੀਗੇ ਜੀ। ਸਾਨੂੰ ਇਨਸਾਫ ਚਾਹੀਦਾ ਜੀ, ਬਸ ਸਾਡੀ ਜਗ੍ਹਾ ਦੇ ਵਿੱਚ ਸਾਨੂੰ ਵੜਨ ਦਿੱਤਾ ਜਾਵੇ ਜਾਂ ਸਾਡੇ ਬਸ ਕਬਜ਼ਾ ਹੋਣਾ ਚਾਹੀਦਾ। ਹਾਂਜੀ, ਉਹਨਾਂ ਨਾਲ ਵੀ ਇਨਸਾਫ ਹੋਣਾ ਚਾਹੀਦਾ, ਉਹਨਾਂ ਦਾ ਤਾਂ ਕੋਈ ਕਸੂਰ ਹੀ ਨਹੀਂ। ਉਹ ਤਾਂ ਵਿਚਾਰੇ ਲੈਣ ਹੀ ਗਏ ਸੀ ਸਾਨੂੰ ਜਾਂ ਸਮਝਾਉਣ ਗਏ ਸੀ, ਪਰ ਉਹਨਾਂ ਨੇ ਉਹਦੇ ਨਾਲ ਗਾਲੀ ਗਲੋਚ ਕੀਤੀ। ਉਹਦੇ ਇਸ ਪੂਰੇ ਮਾਮਲੇ 'ਚ ਵੀਡੀਓ ਵਾਇਰਲ 'ਚ ਦਿਖ ਰਹੇ ਹਵਲਦਾਰ ਸੁਖਵੀਰ ਸਿੰਘ ਨੇ ਸਾਰੀ ਘਟਨਾ ਦੀ ਹੱਡ ਬੀਤੀ ਸੁਣਾਈ ਅਤੇ ਔਰਤਾਂ ਨੂੰ ਗਾਲਾਂ ਕੱਢਣ ਪਿੱਛੇ ਦਾ ਕਾਰਨ ਦੱਸਿਆ। ਇਹਨਾਂ ਦਾ ਕੋਈ ਝਗੜਾ ਸੀਗਾ ਜੀ, ਮੈਨੂੰ ਥਾਣੇ ਤੋਂ ਇਤਲਾਹ ਮਿਲੀ ਸੀ। ਮੈਂ ਜਦੋਂ ਮੌਕੇ 'ਤੇ ਪਹੁੰਚਿਆ ਤਾਂ ਵੇਖਿਆ ਕਿ ਇੱਕ ਲੇਡੀਜ਼ ਨੂੰ, ਦੋ ਲੇਡੀਜ਼, ਇੱਕ ਲੜਕੀ ਅਤੇ ਇੱਕ ਉਸਦੀ ਮਾਤਾ ਗਲੇ ਤੋਂ ਫੜਿਆ ਹੋਇਆ ਸੀ। ਮੈਂ ਜਾ ਕੇ ਉਹ ਛੁਡਵਾ ਦਿੱਤੀਆਂ। ਛੁਡਵਾਉਣ ਤੋਂ ਬਾਅਦ ਮੈਂ ਜਦੋਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਜਿਹੜੀ ਲੜਕੀ ਦੀ ਮਾਂ ਸੀ ਉਹ ਤੈਸ਼ ਦੇ ਵਿੱਚ ਆ ਗਈ ਨਾਲ ਲੜਕੀ, ਜਿਨ੍ਹਾਂ ਨੇ ਮੈਨੂੰ ਮਤਲਬ ਧੱਕਾ ਦੇਣ ਦੀ ਕੋਸ਼ਿਸ਼ ਕੀਤੀ ਅਤੇ ਮੇਰੀ ਵਰਦੀ ਨੂੰ ਹੱਥ ਪਾਇਆ। ਉਸ ਤੋਂ ਬਾਅਦ ਮੈਂ ਮਤਲਬ ਉਹਨਾਂ ਨੂੰ ਟਿਕਾਉਣ ਵਾਸਤੇ ਉੱਚੀ ਆਵਾਜ਼ ਦੇ ਵਿੱਚ ਬੋਲਿਆ, ਉੱਚੀ ਆਵਾਜ਼ ਦੇ ਵਿੱਚ ਬੋਲ ਕੇ ਮਤਲਬ ਉਹਨਾਂ ਨੂੰ ਟਿਕਾਇਆ। ਮੇਰੀ ਇਸ ਤਰ੍ਹਾਂ ਬੋਲ ਕੇ ਕਿਸੇ ਦਾ ਮਨ ਦਿਖਾਉਣ ਦੀ ਜਾਂ ਕਿਸੇ ਨੂੰ ਬੇਇੱਜ਼ਤ ਕਰਨ ਦੀ ਕੋਈ ਮਨਸ਼ਾ ਨਹੀਂ ਸੀ। ਇਹ ਮੈਂ ਲਾਅ ਐਂਡ ਆਰਡਰ ਨੂੰ ਕਾਇਮ ਰੱਖਣ ਵਾਸਤੇ ਹੀ ਕੀਤਾ। ਅਗਰ ਉੱਥੇ ਕੋਈ ਹੋਰ ਜ਼ਿਆਦਾ ਖਤਰਨਾਕ ਘਟਨਾ ਹੋ ਜਾਂਦੀ ਤਾਂ ਵੀ ਤਾਂ ਗੱਲ ਮੇਰੇ 'ਤੇ ਆਉਣੀ ਸੀ ਕਿ ਤੂੰ ਹਾਜ਼ਰ ਹੁੰਦੇ ਹੋਏ ਵੱਢ ਟੁੱਕ ਕਰਵਾਤੀ ਜਾਂ ਹੋਰ ਕਰਵਾ ਦਿੱਤਾ। ਪਰ ਜੇਕਰ ਮੈਂ ਉੱਚੀ ਬੋਲ ਪਿਆ ਤਾਂ ਵੀ ਇਹ ਵੀਡੀਓ ਵਾਇਰਲ ਹੋ ਕੇ ਸਾਰੀ ਗੱਲ ਮੇਰੇ 'ਤੇ ਹੀ ਆ ਗਈ, ਜਿਸ ਦੇ ਵਿੱਚ ਮੇਰੀ ਕਿਸੇ ਦਾ ਦਿਲ ਦਿਖਾਉਣ ਦੀ ਕੋਈ ਮਨਸ਼ਾ ਨਹੀਂ ਹੈ ਅਤੇ ਨਾ ਹੀ ਕਿਸੇ ਨੂੰ ਬੇਇੱਜ਼ਤ ਕਰਨ ਦੀ ਕੋਈ ਮਨਸ਼ਾ ਸੀ। ਇਹਦੀ ਸਮਾਜ ਦੀ ਸੋਚ 'ਤੇ ਆ। ਪੁਲਿਸ ਦਾ ਕੰਮ ਆ ਵੀ ਸਾਰੀ ਪਬਲਿਕ ਨੂੰ ਇੱਕ ਅੱਖ ਨਾਲ ਦੇਖਣਾ, ਸਾਰੀ ਪਬਲਿਕ ਦੇ ਹਿੱਤਾਂ ਵਾਸਤੇ ਕੰਮ ਕਰਨਾ, ਇਹੀ ਕਰਨ ਮੈਂ ਗਿਆ ਸੀ। ਛੇੜਛਾੜ ਕੀਤੀ ਹੋ ਸਕਦੀ ਹੈ ਕਿਉਂਕਿ ਸਰ ਜੇ ਵੀਡੀਓ ਲਗਾਤਾਰ ਬਣੀ ਆ ਤਾਂ ਜੋ ਉਹ ਲੇਡੀਜ਼ ਮੈਨੂੰ ਉੱਚਾ ਨੀਵਾਂ ਬੋਲੀ ਜਾਂ ਮੇਰੇ ਧੱਕਾ ਦਿੱਤਾ ਵਰਦੀ ਨੂੰ ਹੱਥ ਪਾਇਆ, ਉਹ ਚੀਜ਼ ਤਾਂ ਵੀਡੀਓ ਵਾਇਰਲ ਹੀ ਨਹੀਂ ਹੋਈ। ਸਿਰਫ ਜਿੱਥੇ ਮੈਂ ਉਸ ਪਰਿਵਾਰ ਨੂੰ ਮਤਲਬ ਟਿਕਾਉਣ ਖਾਤਰ ਕੋਈ ਸ਼ਬਦ ਬੋਲਿਆ ਉਹੀ ਵੀਡੀਓ ਵਾਇਰਲ ਕੀਤੀ ਗਈ ਆ। ਇਹ ਸ਼ਬਦ ਬੋਲ ਕੇ ਮੇਰਾ ਕਿਸੇ ਦਾ ਮਨ ਦਿਖਾਉਣ ਦੀ ਕੋਈ ਇੱਛਾ ਨਹੀਂ ਸੀ, ਨਾ ਹੀ ਕਿਸੇ ਨੂੰ ਬੇਇੱਜ਼ਤ ਕਰਨ ਦੀ ਮਨਸ਼ਾ ਨਾਲ ਮੈਂ ਸ਼ਬਦ ਬੋਲੇ ਨੇ। ਹੋਣੀ ਚਾਹੀਦੀ ਆ ਜੀ, ਮੈਂ ਮੰਨਯੋਗ SSP ਸਾਹਿਬ ਦੇ ਧਿਆਨ 'ਚ ਗੱਲ ਅਤੇ ਜੋ ਵੀ ਅਫਸਰ ਸਾਹਿਬਾਨ ਹੁਕਮ ਦੇਣਗੇ ਉਸ ਹੁਕਮ 'ਤੇ ਹਾਜ਼ਰ ਹਾਂ ਜੀ। ਵਿਸ਼ਵਾਸ ਹੈ ਤੁਹਾਨੂੰ ਕਾਨੂੰਨ 'ਤੇ? ਮੈਨੂੰ ਕਾਨੂੰਨ 'ਤੇ ਵਿਸ਼ਵਾਸ ਆ ਜੀ, ਬਹੁਤ ਜ਼ਿਆਦਾ ਵਿਸ਼ਵਾਸ ਆ ਕਾਨੂੰਨ 'ਤੇ ਕਿ ਕਾਨੂੰਨ ਕਿਸੇ ਨਾਲ ਜ਼ਿਆਦਤੀ ਨਹੀਂ ਕਰਦਾ ਜੀ। ਪਰ ਅੱਜ ਦਾ ਜੋ ਮੀਡੀਆ ਚੱਲਿਆ, ਮੋਬਾਈਲ ਸੈਂਟਰ, ਇਹ ਤਾਂ ਮਤਲਬ ਜੇ ਆਪਾਂ ਸਵੈਕੀ ਵੀ ਕਿਸੇ ਕੋਲ ਗੱਲ ਕਰਨ ਜਾਂਦੇ ਹਾਂ ਤਾਂ ਵੀ ਉਹ ਮੋਬਾਈਲ 'ਤੇ ਔਨ ਕਰਕੇ ਪਾ ਦਿੰਦੇ ਨੇ। ਸਾਡੀ ਮਨਸ਼ਾ ਨਹੀਂ ਹੁੰਦੀ ਕਿ ਅਸੀਂ ਕਿਸੇ ਨਾਲ ਕੋਈ ਬੁਰਾ ਵਰਤਾਓ ਕਰੀਏ, ਸਾਡੀ ਮਨਸ਼ਾ ਹੁੰਦੀ ਹੈ ਵੀ ਪਬਲਿਕ ਦੀ ਜਾਨ ਅਤੇ ਮਾਲ ਦੇ ਹਿੱਤਾਂ ਨੂੰ ਖਿਆਲ 'ਚ ਰੱਖ ਕੇ ਜਦੋਂ ਵੀ ਕੋਈ ਇਨਫੋਰਮੇਸ਼ਨ ਆਉਂਦੀ ਹੈ ਤਾਂ ਜਲਦੀ ਉਸ ਜਗ੍ਹਾ 'ਤੇ ਪਹੁੰਚਿਆ ਜਾਵੇ ਤਾਂ ਕਿ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ। ਹਰ ਇੱਕ ਪੁਲਿਸ ਮੁਲਾਜ਼ਮ ਆਪਦੇ ਫਰਜ਼ਾਂ ਪ੍ਰਤੀ ਗਲਤ ਨਹੀਂ ਹੁੰਦਾ ਜੀ, ਪਰ ਅੱਜ ਕੱਲ੍ਹ ਜੋ ਵੀਡੀਓ ਵਾਇਰਲ ਕੀਤੀਆਂ ਜਾ ਰਹੀਆਂ ਨੇ, ਅਜਿਹੀਆਂ ਵੀਡੀਓ ਨੂੰ ਦੇਖਣ ਪ੍ਰਤੀ ਇਹਦੀ ਡੰਘਾਈ ਤੱਕ ਜਾਣਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ 'ਚ ਵੀ ਕਿਸੇ ਨੂੰ ਬੇਇੱਜ਼ਤ ਨਾ ਕੀਤਾ ਜਾਵੇ। ਇਸ ਪੂਰੇ ਮਾਮਲੇ 'ਚ ਬਰਨਾਲਾ ਪੁਲਿਸ ਦੇ DSP ਰਾਜੇਸ਼ ਛਿੱਬਰ ਨੇ ਦੱਸਿਆ ਕਿ ਵੀਡੀਓ ਦੇ ਆਧਾਰ 'ਤੇ ਹਵਲਦਾਰ ਸੁਖਵੀਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਅਤੇ ਬਾਕੀ ਜਾਂਚ ਕੀਤੀ ਜਾ ਰਹੀ ਹੈ। ਉਹ ਜੀ, ਆਪਸ ਵਿੱਚ ਇੱਕ ਪ੍ਰੋਪਰਟੀ ਦਾ ਡਿਸਪਿਊਟ ਸੀ, ਆਪਸ ਵਿੱਚ ਦੋ ਆਤਮਾ ਸਿੰਘ ਵਗੈਰਾ ਦਾ ਆਪਦੇ ਮਾਮੇ ਤੋਂ ਪੈਸੇ ਲੈਣੇ ਸੀ। ਉਸ ਦੇ ਸੰਬੰਧ ਵਿੱਚ ਉਹਦੇ ਮਾਮੇ ਨੇ ਉਹਨੂੰ 8 ਵਿਸਵਿਆਂ ਦੀ ਜਗ੍ਹਾ ਦੀ ਰਜਿਸਟਰੀ ਕਰਵਾਤੀ ਸੀ। ਮਾਮਾ ਉੱਥੇ ਰਹਿੰਦਾ ਨਹੀਂ, ਇਹ ਮਾਮੀ ਕੋਲ ਗਏ ਸੀਗੇ ਵੀ ਸਾਡਾ ਜਿਹੜਾ ਹੈਗਾ 8 ਵਿਸਵੇ ਜਗ੍ਹਾ ਸਾਨੂੰ ਦਿੱਤੀਆਂ, ਜਿਹਦੇ ਨਾਲ ਕਿ ਉਹ ਆਤਮਾ ਸਿੰਘ ਦੀ ਮਾਤਾ ਵੀ ਸੀਗੀ। ਅਤੇ ਉੱਥੇ ਜਦੋਂ ਇਹਨਾਂ ਦਾ ਆਪਸ ਵਿੱਚ ਬੋਲ ਬਲਈਆ ਹੋ ਗਿਆ, ਹੱਥੋਬਾਜ਼ੀ ਹੋਣ ਲੱਗੇ ਤਾਂ ਇਹਨਾਂ ਨੇ ਕਾਲ ਕਰ ਲਈ, ਉੱਥੇ ਪੁਲਿਸ ਚਲੀ ਗਈ। ਵੀਡੀਓ ਵਾਇਰਲ ਜਿਹੜੀ ਹੋਈ ਆ ਉਹਦੇ ਵਿੱਚ PCR 'ਤੇ ਲੱਗਿਆ ਹੈੱਡ ਕੋਂਸਟੇਬਲ, ਉਹ ਹੈਗਾ ਦਿਖ ਰਿਹਾ, ਅਤੇ ਉਹਨੇ ਗਾਲੀ ਗਲੋਚ ਕੀਤੀ ਆ। ਉਹਦੇ ਸੰਬੰਧ ਵਿੱਚ ਉਹਨੂੰ ਸਸਪੈਂਡ ਕਰਕੇ ਰਵਾਨਾ ਲਾਈਨ ਦਾ, ਪੁਲਿਸ ਲਾਈਨ ਦਾ ਕੀਤਾ, ਡਿਪਾਰਟਮੈਂਟ ਇਨਕੁਆਇਰੀ ਉਸਦੀ ਜਾਰੀ ਕਰਤੀ ਹੈ। ਪਰ ਉੱਥੇ ਇਹ ਵੀ ਪਤਾ ਲੱਗਿਆ ਵੀ ਦੂਸਰੀ ਪਾਰਟੀ ਵੱਲੋਂ ਵੀ ਨਾਲੇ ਤਾਂ ਆਤਮਾ ਸਿੰਘ ਦੀ ਮਾਤਾ 'ਤੇ ਵੀ ਸੱਟਾਂ ਮਾਰੀਆਂ ਨੇ, ਅਤੇ ਜਿਹੜਾ ਮੁਲਾਜ਼ਮ ਉਹਨੂੰ ਵੀ ਬਦਤਮੀਜ਼ੀ ਨੇ ਬੋਲ ਕੇ ਉਹਦੀ ਵੀ ਵਰਦੀ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਇਹਦੇ ਸੰਬੰਧ ਵਿੱਚ ਅਸੀਂ ਹਜੇ ਵੈਰੀਫਾਈ ਕਰ ਰਹੇ ਹਾਂ ਵੀ ਕੀ ਉਹਦੀ ਵਰਦੀ ਨੂੰ ਹੱਥ ਲਾਇਆ ਜਾਂ ਨਾ ਲਾਇਆ, ਉਹਦੇ ਗਾਲਾਂ ਕੱਢਣ ਦਾ ਕੀ ਕਾਰਨ ਸੀ।
ਵੀਡੀਓ ਦੀ ਛੇੜਛਾੜ ਦਾ ਵੀਡੀਓ ਵਾਇਰਲ ਦਾ ਉਹ ਮੋਬਾਈਲ ਨੂੰ ਚੈੱਕ ਕਰਕੇ ਪਤਾ ਲੱਗੂ ਉਹ ਕਾਰਵਾਈ ਪੜਤਾਲ ਕਰਕੇ ਇਨਕੁਆਇਰੀ ਕਰਕੇ ਜੇ ਗੱਲ ਸੱਚੀ ਹੋਈ ਫਿਰ ਜ਼ਰੂਰ ਲਾਈ ਜਾਏਗੀ ਉਹਨੂੰ ਸਸਪੈਂਡ ਕੀਤਾ ਗਿਆ ਅਤੇ ਲਾਈਨ ਭੇਜਤਾ ਜ਼ਿਕਰਯੋਗ ਹੈ ਕਿ ਬੀਤੇ ਦਿਨੀ ਪੁਲਿਸ ਮੁਲਾਜ਼ਮ ਵੱਲੋਂ ਔਰਤਾਂ ਨੂੰ ਗਾਲਾਂ ਕੱਢਣ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ ਜਿਸ 'ਤੇ ਹਵਲਦਾਰ ਨੇ ਸਫਾਈ ਦਿੰਦਿਆਂ ਕਿਹਾ ਕਿ ਔਰਤਾਂ ਵੱਲੋਂ ਪਹਿਲਾਂ ਉਸਦੀ ਵਰਦੀ ਪਾੜੀਗੀ ਅਤੇ ਗਾਲਾਂ ਕੱਢੀ ਗਈਆਂ ਅਤੇ ਮਾਮਲਾ ਉਲਝਦਾ ਵੇਖ ਉਸਨੇ ਔਰਤਾਂ 'ਤੇ ਦਬਕਾ ਮਾਰਿਆ ਸੀ ਬਾਕੀ ਜੋ ਵੀਡੀਓ ਵਾਇਰਲ ਹੋਈ ਹੈ ਉਹ ਪੂਰੀ ਨਹੀਂ ਦਿਖਾਏਗੀ ਹੁਣ ਇਸ ਵੀਡੀਓ ਦੀ ਡੂੰਘਾਈ ਤੱਕ ਜਾਣ ਲਈ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਬਰਨਾਲਾ ਤੋਂ ਪ੍ਰਵੀਨ ਰਿਸ਼ੀ ਦੀ ਰਿਪੋਰਟ ਚੈਨਲ ਪੰਜਾਬ ਹਰ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ